ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਕਲਮੁੰਜੀ ਲੱਗੀ ਸੀ ਸਾਡੀ ਤਾਂ ਅੱਜ ਹਰ ਵੀ ਸਾਈਡ ਜੋ ਕੱਖ ਹੁੰਦੇ ਨੇ ਜਾਂ ਮਚੈਟੀ ਜਿਹਨੂੰ ਆਪਾਂ ਕਹਿੰਦੇ ਆ ਕਬਾੜ ਵਾਸਤੇ ਇਹ ਪਾ ਲੰਗਿਆ ਕੋਈ ਵੀ ਤੁਹਾਨੂੰ 50% ਮਿਲੀ ਜਾਏਗੀ ਜਿਹੜੀ ਮਰਜ਼ੀ ਕੰਪਨੀ ਦੀ ਇਹਦੇ ਨਾਲ ਕੋਈ ਉਹ ਨਹੀਂ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਕਿ ਮੈਂ ਆ ਦਿਖਾ ਰਿਹਾ ਤੁਹਾਨੂੰ ਇਹ ਜ਼ਰੂਰੀ ਹੈ ਪਰ ਇਹਦੇ ਵਿੱਚ ਇੱਕ ਗੱਲ ਚਾਹੇ ਤੁਸੀਂ ਗੂਗਲ 'ਤੇ ਸਰਚ ਕਰ ਲਿਆ ਜੇ ਤੁਹਾਡੇ ਮਤਲਬ ਇਹ ਪਾਣ ਤੋਂ ਬਾਅਦ ਵੀ ਅਗਰ ਤੁਹਾਡੀ ਪੈਲੀ ਚ ਕਵਾੜ ਹੁੰਦਾ ਤਾਂ ਉਹਦੇ 'ਚ ਤੁਹਾਡੀ ਗਲਤੀ ਹੈ ਗਲਤੀ ਇਹ ਵੇ ਕਿ ਤੁਸੀਂ ਜਿਵੇਂ ਆ ਪਾ ਦਿੰਦੇ ਹੋ ਨਾ ਅੱਜ ਤੇ ਕਮ ਸੇ ਕਮ 5-6 ਦਿਨ ਤੁਹਾਨੂੰ ਪੈਲੀ ਚ ਨਿਵੜਨਾ ਚਾਹੀਦਾ ਕਿਉਂਕਿ ਇਹਨੇ ਇੱਕ ਲੇਅਰ ਬਣਾਣੀ ਹੁੰਦੀ ਹੈ ਜਾਲੇ ਦੀ ਹਰੇ ਰੰਗ ਦੀ ਕਿ ਉਹ ਜ਼ਮੀਨ ਦੇ ਉੱਤੇ ਬਹਿ ਜਾਂਦਾ ਹੈ ਤਾਂ ਉਦੋਂ ਬਾਅਦ ਇੱਕ ਵੈਕਸ ਟੈਪ ਦੀ ਜ਼ਮੀਨ ਦੇ ਉੱਤੇ ਲੇਅਰ ਬਣ ਜਾਂਦੀ ਕਿ ਉਹਦੇ ਥੱਲੇ ਜੋ ਮੁੰਜੀ ਉੱਤੇ ਹੋਏਗੀ ਉਹ ਚੀਜ਼ ਕਾਹ ਚਾਹੇ ਕੁਝ ਵੀ ਹੋ ਜਾਏ ਉਹ ਗੇਗੀ ਬਤਲ ਨਹੀਂ ਚੀਜ਼ ਨਹੀਂ ਹੁਕੇਗੀ ਕੁਝ ਵੀ ਤਾਂ ਤੁਸੀਂ ਮਤਲਬ ਇਹ ਨਹੀਂ ਵੀ ਅੱਜ ਇਹ ਪਾਤੀ ਏ ਕੱਲ ਨੂੰ ਚੱਕਿਆ ਜੰਕਾਲਾ ਝੋਲਾ ਦੇ ਉਹ ਵੀ ਪਾਤੀ ਜਿੰ ਕਮ ਸੇ ਕਮ ਇੱਕ ਹਫਤੇ ਤੋਂ ਬਾਅਦ ਡੀਏਪ ਕਈ ਜਾਂਦੇ ਨੇ ਅਸੀਂ ਕਦੂ ਦੇ ਥੱਲੇ ਪਾਤੀ ਏ ਕਦੂਮਾਰਨ ਤੋਂ ਪਹਿਲਾਂ ਬੜਾ ਅਸਰ ਕਰੇਗੀ ਬਿਲਕੁਲ ਹੀ ਫਾਇਦਾ ਨਹੀਂ ਕਮ ਸਕੱਮ 12 13 ਦਿਨ ਬਾਅਦ ਡੀਏਪੀ ਪਾਣੀ ਚਾਹੀਦੀ ਏ ਕਿਉਂਕਿ ਜਦੋਂ ਆਪਾਂ ਪਨੀਰੀ ਪੱਟ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਲਾਣੇ ਹਨਾ ਤੇ ਸਮਝ ਲਓ ਵੀ ਬੰਦੇ ਦਾ ਜਿਵੇਂ ਐਕਸੀਡੈਂਟ ਹੋ ਜਾਂਦਾ ਹੈ ਇਸ ਹੱਬ ਤੇ ਪਨੀਰੀ ਇੱਕ ਰੀਸੇ ਮਤਲਬ ਡਾਊਨ ਹੋ ਕੇ ਦੁਬਾਰਾ ਚੱਲਦੀ ਏ ਤਾਂ ਇਹਦੇ ਵਿੱਚ ਬੇਸ਼ੱਕ ਬੇਸ਼ੱਕ ਤੁਸੀਂ ਇੱਕ ਕਿੱਲੇ ਨੂੰ ਅਲੱਗ ਕੰਮੇ ਕਰਕੇ ਦੇਖ ਲਿਆ ਜੇ ਅਗਰ ਤੁਸੀਂ 12 ਦਿਨ ਬਾਅਦ ਡੀਏਪੀ ਪਾਉਂਦੇ ਹੋ ਤੁਹਾਡਾ ਉਹ ਕਿਲਾ ਰਿਜ਼ਲਟ ਦੇਖਿਆ ਜੇ ਤਾਂ ਇੱਕ ਦਿਨ ਜਿਵੇਂ ਤੁਸੀਂ ਨਾਲ ਪਾਉਂਦੇ ਹੋ ਤੇ ਉਹ ਤੇ ਮੈਂ ਵੀ ਸ਼ਾਇਦ ਪਹਿਲਾਂ ਐਵੇਂ ਹੀ ਕਰਦਾ ਹਾਂ ਪਹਿਲਾਂ ਥੱਲੇ ਪਾ ਦਿੰਦਾ ਹਾਂ ਤਾਂ ਸੋ ਜਾਇ ਦੁਕਾਨਦਾਰ ਤੋਂ ਪੁੱਛ ਲੈ ਜੋ ਵੀ ਤੁਹਾਨੂੰ ਦੱਸੇਗਾ ਚੀਜ਼ ਨੌਲੇਜ ਦੇ ਦੇਗਾ ਹੂੰ ਤਾਂ ਜਿਵੇਂ ਐਕਸੀਡੈਂਟਲ ਹੋ ਜਾਂਦਾ ਜਾਂ ਬੰਦਾ ਵੀ ਜਿਵੇਂ ਐਕਸੀਡੈਂਟ ਹੋ ਜਾਂਦਾ ਤਾਂ ਉਹਦੇ ਸਰਾਨੇ ਚਾਹੇ ਤੁਸੀਂ ਜਿੰਨੇ ਮਰਜ਼ੀ ਫਰੂਟ ਕਿਉ ਰੱਖਦੇ ਹੋ ਦੁੱਧ ਰੱਖਦੇ ਹੋ ਜਿੰਨੇ ਚਿਰ ਉਹ ਠੀਕ ਨਹੀਂ ਹੁੰਦਾ ਉਹਨੇ ਚਿਰ ਉਹ ਖਾਏਗਾ ਥੋੜੀ ਤਾ ਇਸ ਕਰਕੇ ਤੁਸੀਂ ਡੀਏਪ ਅੱਜ ਹੀ ਪਾ ਦਿੱਤੀਏ ਤੇ ਉਹ 12-13 ਦਿਨ ਉਹਨੇ ਵੇਸਟ ਹੋ ਜਾਣਾ ਉਹਨੂੰ ਪਲਾਂਟ ਤੁਹਾਡੇ ਨੂੰ ਵੀ ਕੋਈ 2-4% ਮਿਲੇਗੀ ਉਹਨੇ ਚਿਰ ਉਹ ਮਿੱਟੀ ਥੱਲੇ ਖਰਾਬ ਹੋ ਜਾਏਗੀ ਐਸੀ ਕੋਈ ਉਹ ਨਹੀਂ ਐ ਜਿਵੇਂ 2-4 ਦਿਨਾਂ ਵਿੱਚ ਹਰੀ ਹੋ ਜਾਣੀ ਚਾਹੀਦੀ ਜਾਂ ਕੁਛ ਕੋਈ ਨਹੀਂ ਮਤਲਬ ਤੁਸੀਂ ਪਾਣੀ ਦਾ ਧਿਆਨ ਰੱਖੋ ਪਾਣੀ ਲਾਉਂਦੇ ਰਹੋ ਜਿਵੇਂ ਤਾਂ ਇਹ ਮਚਾਇਟੀ ਪਾਓ ਤਾਂ ਉਸ ਤੋਂ ਬਾਅਦ 2-4 ਦਿਨ ਰੁਕੋ ਚੋਂ ਕਮ ਸਿਕ 4 ਦਿਨ 5 ਦਿਨ ਤੂੰ ਰੁਕੋ ਲੇਅਰ ਬਣ ਜਾ ਉਹ ਤੋਂ ਬਾਅਦ ਆਪਣੀ ਵਾਦੋ ਜੰਕ ਐਡੀ ਸੇਤੀ ਕੋਈ ਜੰਕ ਦੀ ਖਾਸ ਜ਼ਰੂਰਤ ਵੀ ਨਹੀਂ ਹੁੰਦੀ ਪਹਿਲੀ ਚ ਇੰਨੀਆਂ ਪੈਲੀਆਂ ਤੇ ਆਪਣੀਆਂ ਮਾੜੀਆਂ ਨਹੀਂ ਹੈਗੀਆਂ ਸੋ ਆਰਪੀਸੀ ਵਾਲੀ ਬੋਤਲ ਲਵਦਾ ਰਹਿਆ ਵਾ ਪਹਿਲਾਂ ਘਰਾਂ ਦੇ ਵਿੱਚ ਵੱਡੀਆਂ ਵੱਡੀਆਂ ਬੋਤਲਾਂ ਹੁੰਦੀਆਂ ਹਨ ਤੇ ਹੁਣ ਕਰ ਲੈਦਾ ਸੀ ਹੁਣ ਕੋਲਡ ਡਰਿੰਕ ਵੀ ਲੋਕੀ ਘੱਟ ਪਸੰਦ ਕਰਦੇ ਨੇ ਜੇ ਲਿਆ ਹੁੰਦਾ ਫੇਰ ਤੇ ਛੋਟੀਆਂ ਬੋਤਲਾਂ ਆਪਣੇ ਪੀਓ ਤੇ ਆਪਣੀ ਫਿਨਿਸ਼ ਤੋਂ ਮੈਂ ਇਹਦੇ ਚੀ ਮੋਰੀ ਕਰ ਲਈ ਸੀ ਮੈਂ ਹੈ ਇਹਨੂੰ ਪਾਣੇ ਆ ਹੋਰ ਉਹ ਬੋਤਲ ਕਰਾਂ ਦੇ ਵਿੱਚ ਅੱਜ ਕੱਲ ਲੱਭਦੀਆਂ ਨਹੀਂ ਹੈਗੀਆਂ ਪਰ ਇੱਕ ਸਪੈਸ਼ਲ ਰੱਖਣੀ ਚਾਹੀਦੀ ਸਵਾ ਲੀਟਰ ਵਾਲੀ ਪੈਪਸੀ ਉਹਦੇ ਵਿੱਚ ਵਧੀਆ ਰਹਿੰਦਾ ਹੁਣ ਆ 2 ਕਿੱਲੇ ਦੀ 1 ਲੀਟਰ ਏ ਤੇ 2 ਕਿੱਲੇ ਦੀ ਏ ਤਾਂ 2 ਕਿੱਲੇ ਚ 1 ਲੀਟਰ ਲੈ ਕੇ ਟਰਨਾ ਫਿਰ ਛਿੱਟੀ ਮੋ ਪਾ ਜਾ ਕੁਝ ਵੀ ਲਾ ਲਾ ਇਹਨੂੰ ਤੁਸੀਂ ਜ਼ਮੀਨ ਦੇ ਵਿੱਚ ਗਰਾਣਾ ਹੀ ਹੁੰਦਾ ਬਸ ਕੋ ਜਰੂਰੀ ਨਹੀਂ ਕਿ ਤੁਹਾਡਾ ਦੂਰ ਡਿੱਗੇ ਜਾਂ ਕੋਸ਼ ਮਤਲਬ ਤੁਸੀਂ ਇੱਕ ਲੇਅਰ ਬਣਾਣੀ ਹੈ ਇਸ ਤਰ੍ਹਾਂ ਮਰਜੀ ਪੈਲੀ ਦੇ ਵਿੱਚ ਪੰਜ ਸੱਤ ਗੇੜੇ ਲਾ ਕੇ ਕਿੱਲੇ ਤੇ ਕਈ ਆਂਦੇ ਨੇ ਨੂੰ ਮਾਰਨੀ ਨਹੀਂ ਆਉਂਦੀ ਦੂਰ ਵਗਾਓ ਜਾਂ ਨੇੜੇ ਵਗਾਉਂਦਾ ਫਲਾਂਟ ਕੋਈ ਮੈਟਰ ਨਹੀਂ ਹੈਗਾ ਇਹ ਕਿਹੜੀ ਖਾਦ ਜਿਹੜੀ ਕੋਪਾੜਾ ਰਹਿ ਚੱਲਾ ਛੋ ਆਜੋ ਮਿਲਦੇ ਆ ਮੈਂ ਪਹੁੰਚ ਗਿਆ ਪੈਲੀ ਤੇ ਆਪ ਜਿੰਨਾ ਤੁਸੀਂ ਕਾਚੂ ਲਿਆ ਸਕਦੇ ਹੋ ਮਤਲਬ ਨਹੀਂ ਪਹਿਲੀ ਤਾਂ ਕਾਚੂ ਖੂਚੂ ਤੁਹਾਡੇ ਕੋਲ ਤਾਂ तकरीबन ਇਹਦੇ ਬੈਕਸਾਈਡ ਵੀ ਟੱਕਣ ਦੇ ਲੱਗਾ ਹੁੰਦਾ ਇਥੇ ਲੱਗੀ ਹੋਣੀ ਹੈ ਕੁਦਰਤ ਸ਼ਾ ਸ਼ਾਰਨ ਪੈ ਬਈ ਸ਼ਾਕੇ ਦਾ ਤੈਨੂੰ ਪਤਾ ਲੱਗ ਗਿਆ ਵੀਡੀਓ ਬਣਾਉਣ ਲੱਗੇ ਆ ਤੈਨੂੰ ਪਤਾ ਲੱਗ ਗਿਆ ਕਾਦੀ ਵੀਡੀਓ ਬਣਾਉਣ ਲੱਗੇ ਆ ਮੁੰਜੀ ਜੀ ਹੈ ਮੁੰਜੀ ਜੀ ਤੇ ਕੱਲ ਬਣਾਤੀ ਆ ਆ ਜਾ ਇਥੇ ਕੁਦਰਤ ਕਿਤੇ ਘੇੜਾ ਲੱਗੀ ਹੈ ਮੁੰਜੀ ਜੀ ਤਾਂ ਮੈਂ ਦਵਾਈ ਪਾਣੀ ਹੈ ਵੇਚਣਾ ਖੇਢੀ ਪਤਾ ਨਹੀਂ ਉਹ ਤੇ ਛਾਵੇਂ ਖੇਡ ਲਾ ਛੱਡੋ ਦੇ ਕੋਲ ਮ ਚਾਟੀ ਵਾਲਾ ਨਿਬੜ ਗਿਆ ਆਪਣਾ ਕੰਮ ਹੁਣ ਅਗਲੀ 4-5 ਦਿਨ ਤਾਂ ਹੁਣ ਕੁਝ ਪਾਣਾ ਹੀ ਨਹੀਂ ਇਹਨੂੰ ਕਿਉਂਕਿ ਉਹਦੀ ਲੇਅਰ ਬਣਦੀ ਨਾ ਟੁੱਟ ਜਾਂਦੀ ਫਿਰ ਕਾ ਉਪਦਾ ਸੋ ਫਿਰ ਅਗਲੀ ਵੀਡੀਓ ਚ ਮਿਲਾਂਗਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ